ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਭੈਣਾਂ ਭਰਾਵਾਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੀਪ ਜੋਬ ਪੋਰਟਲ ਤੇ। ਸੋ ਦੋਸਤੋ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੂਗੀ। ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੁਸੀਂ ਸਾਰਿਆਂ ਨੇ ਸ਼ੇਅਰ ਕਰ ਦੇਣੀ ਹੈ ਤੇ ਸ਼ੇਅਰ ਕਰਨਾ ਹਰ ਇੱਕ ਬੱਚੇ ਦਾ ਫਰਜ਼ ਹੈ। ਸੋ ਦੋਸਤੋ ਤੁਹਾਨੂੰ ਸਭ ਨੂੰ ਹੀ ਪਤਾ ਕਿ ਜਿਹੜੀਆਂ ਭਰਤੀਆਂ ਚੱਲ ਰਹੀਆਂ ਨੇ ਇਹ ਸਪੈਸ਼ਲੀ ਪੰਜਾਬ ਪੁਲਿਸ ਦੀਆਂ ਤੇ ਇਹਦੇ ਵਿੱਚ ਸਿਮਿਲਰ ਕੈਂਡੀਡੇਟਸ ਨੇ ਜਿਹੜੇ ਹਰ ਇੱਕ ਪਾਸੇ ਟ੍ਰਾਇਲ ਦੇ ਰਹੇ ਨੇ ਚਲੋ ਇਹਦੇ ਵਿੱਚ ਆਪਾਂ ਕੈਂਡੀਡੇਟ ਨੂੰ ਦੋਸ਼ ਨਹੀਂ ਦੇਣਾ ਚਾਹੁੰਗੇ ਕਿਉਂਕਿ ਹਰ ਇੱਕ ਬੰਦੇ ਨੂੰ ਹੁੰਦਾ ਨਾ ਕਿ ਮੇਰੇ ਇਹਦੇ ਭਰਤੀ ਵਿੱਚ ਨਾਮ ਨਹੀਂ ਆਇਆ ਤਾਂ ਦੂਜੀ ਦੇ ਵਿੱਚ ਆ ਜੇ ਠੀਕ ਆ ਇਹਦੇ ਵਿੱਚ ਦੋਸਤੋ ਆਪਾਂ ਜਿਹੜਾ ਦੋਸ਼ ਹੈ ਆਪਾਂ ਦੋਸ਼ ਵੀ ਕਹਿ ਸਕਦੇ ਆ ਕਿ ਜਿਹੜੀ ਗਲਤੀ ਹੈ ਉਹ ਡਿਪਾਰਟਮੈਂਟ ਦੀ ਹੈ ਡਿਪਾਰਟਮੈਂਟ ਨੂੰ ਚਾਹੀਦਾ ਕਿ ਭਰਤੀਆਂ ਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਪੂਰਾ ਕੀਤਾ ਜਾਵੇ ਤਾਂ ਕਿ ਹਰ ਇੱਕ ਕੈਂਡੀਡੇਟ ਨੂੰ ਲਾਭ ਮਿਲ ਸਕੇ ਕੋਈ ਜਿਹੜਾ ਕੈਂਡੀਡੇਟ ਵਾਂਝਾ ਨਾ ਰਹੇ ਸਪੈਸ਼ਲੀ ਇਹ ਹੀ ਆ ਜੀ ਦੋਸਤੋ ਦੇਖੋ ਵੇਟ ਇਹਨਾਂ ਦੀ ਭਰਤੀਆਂ ਦੇ ਵਿੱਚ ਡਿਪਾਰਟਮੈਂਟ ਨੇ ਪਹਿਲਾਂ ਜਿਹੜੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਕਿ ਭਾਈ ਵੈਟਿੰਗ ਲਿਸਟ ਨਹੀਂ ਹੋਊਗੀ ਉਸ ਮੁਤਾਬਕ ਤਾਂ ਦੇਖੋ ਜੇ ਵੈਟਿੰਗ ਲਿਸਟ ਲਾਈਦਾ 6-7000 ਜਿਹੜੀਆਂ ਭਰਤੀਆਂ ਜਿਹੜੇ ਮਤਲਬ ਬੱਚੇ ਨੇ ਉਹ ਜੁਆਇਨ ਨਹੀਂ ਕਰ ਪਾਉਣਗੇ ਜਿਹੜੀਆਂ ਖਾਲੀ ਸੀਟਾਂ ਹੋਣਗੀਆਂ ਉਹ ਬੈਕਲੌਗ ਚ ਚਲੀਆਂ ਜਾਣਗੀਆਂ ਬੈਕਲੌਗ ਤੁਸੀਂ ਸਮਝਦੇ ਹੋ ਬੈਕਲੌਗ ਦਾ ਮਤਲਬ ਹੁੰਦਾ ਕਿ ਉਹ ਸੀਟ ਖਾਲੀ ਰਹੂਗੀ ਜਦੋਂ ਨਵੀਂ ਭਰਤੀ ਆਊਗੀ 2023 ਦੀ ਉਦੋਂ ਮਤਲਬ ਪੋਸਟਾਂ ਕੱਢਣਗੇ ਉਹ ਉਦੇ ਵਿੱਚ ਰੱਖੇ ਜਾਣਗੇ ਠੀਕ ਆ ਇਸ ਤਰ੍ਹਾਂ ਦੋਸਤੋ ਜੇ ਇਸ ਤਰ੍ਹਾਂ ਹੋਇਆ ਤਾਂ ਕਈ ਬੱਚਿਆਂ ਦਾ ਦੇਖੋ ਲਾਸਟ ਚਾਂਸ ਹੋਊਗਾ ਉਹ ਤਾਂ ਓਵਰੇਜ ਹੋ ਜਾਣਗੇ ਫਿਰ ਉਸ ਟਾਈਮ ਠੀਕ ਆ ਸੋ ਆਪਾਂ ਦੋਸਤੋ ਇੱਕ ਟਵਿੱਟਰ ਤੇ ਕੈਂਪੇਨ ਚਲਾਇਆ ਮੈਂ ਇਹਦਾ ਲਿੰਕ ਡਿਸਕ੍ਰਿਪਸ਼ਨ ਚ ਪਾਤਾ ਆਪਣੇ ਟੈਲੀਗ੍ਰਾਮ ਚੈਨਲ ਇਹ ਤੁਸੀਂ ਟੈਲੀਗ੍ਰਾਮ ਚੈਨਲ ਦੇਖ ਰਹੇ ਹੋ ਮੇਰਾ ਇਹ ਟੈਲੀਗ੍ਰਾਮ ਚੈਨਲ ਦੇ ਵਿੱਚ ਪਾਤਾ ਤੇ ਟੈਲੀਗ੍ਰਾਮ ਨੂੰ ਤੁਸੀਂ ਕਿਵੇਂ ਜੁਆਇਨ ਕਰ ਸਕਦੇ ਹੋ ਵੀਡੀਓ ਦੀ ਡਿਸਕ੍ਰਿਪਸ਼ਨ ਚ ਹੈਗਾ ਲਿੰਕ ਇਹਦਾ ਟਵਿੱਟਰ ਨੂੰ ਓਪਨ ਕਰੋਗੇ ਠੀਕ ਆ ਓਪਨ ਕਰਕੇ ਵੀ ਮੈਂ ਇਧਰ ਸਾਈਡ ਤੇ ਦਿਖਾਇਆ ਹੋਇਆ ਮੈਂ ਪੋਸਟ ਕੀਤਾ ਸੀਗਾ ਤੇ ਮੈਂ ਸਾਰੇ ਨੂੰ ਟੈਗ ਕੀਤਾ ਹੋਇਆ ਭਗਵੰਤ ਮਾਨ ਜੀ ਨੂੰ ਤੇ ਆਪ ਪੰਜਾਬ ਅਰੋੜਾ ਅਮਨ ਅਰੋੜਾ ਜੀ ਨੂੰ ਹਰਪਾਲ ਚਿਮਾ ਜੀ ਨੂੰ ਅਰਵਿੰਦ ਕੇਜਰੀਵਾਲ ਪੰਜਾਬ ਪੁਲਿਸ ਡੀਜੀਪੀ ਤੇ ਬਾਕੀ ਤੁਸੀਂ ਆਪਣੇ ਮੁਤਾਬਕ ਹੈਸ਼ਟੈਗ ਜਿੰਨੇ ਵੀ ਲਾਉਣੇ ਨੇ ਲਾ ਸਕਦੇ ਹੋ ਤੇ ਆਹ ਮੈਂ ਸ਼ੇਅਰ ਕੀਤਾ ਹੋਇਆ ਇੱਥੇ ਹਜੇ ਤੱਕ 63 ਬੱਚੇ ਨੇ ਹੀ ਰੀਟਵੀਟ ਕੀਤੇ ਨੇ ਬਹੁਤ ਜਿਹੜੀ ਆਪਣੇ ਲਈ ਸ਼ਰਮ ਦੀ ਗੱਲ ਹੈ ਦੋਸਤੋ ਸੋ ਤੁਹਾਡੀ ਰੀਟਵੀਟ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਘੱਟੋ ਘੱਟ 4-5000 ਰੀਟਵੀਟ ਹੋਊਗਾ ਫਿਰ ਕਿਤੇ ਜਾ ਕੇ ਜਿਹੜੀ ਆਪਣੀ ਪੋਸਟ ਆ ਵਾਇਰਲ ਹੋਊਗੀ ਫਿਰ ਕਿਤੇ ਜਾ ਕੇ ਇਹਨਾਂ ਦੇ ਤੱਕ ਪਹੁੰਚਦੀ ਹੋਊਗੀ ਠੀਕ ਐ ਸੋ ਇਹਨੂੰ ਵੱਧੋ ਵੱਧ ਰੀਟਵੀਟ ਕਰੋ ਆਪਣੇ ਆਪਣੇ ਹੈਸ਼ਟੈਗ ਜਰੂਰ ਜਿਹੜੇ ਨੇ ਐਡ ਕੀਤਾ ਐਡ ਕਰੋ ਜਿਵੇਂ ਕਿ ਆ ਬੱਚੇ ਕਰ ਰਹੇ ਨੇ ਠੀਕ ਐ ਸੋ ਠੀਕ ਐ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਸੋ ਮੇਨ ਜਿਹੜਾ ਟੌਪਿਕ ਵੀਡੀਓ ਦਾ ਇਹੀ ਐ ਕਿ ਇਹਨੂੰ ਭਾਈ ਵੱਧੋ ਵੱਧ ਰੀਟਵੀਟ ਕਰੋ ਤਾਂ ਕਿ ਡਿਪਾਰਟਮੈਂਟ ਤੱਕ ਪਹੁੰਚ ਜਾਏ ਇੱਕ ਮੈਂ ਆਡੀਓ ਦੇਖੀ ਸੀਗੀ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਲੜਕੀ ਸੀਗੀ ਉਹ ਕਹਿੰਦੇ ਵੀ ਅਸੀਂ ਆਈਜੀ ਸਾਹਿਬ ਨੂੰ ਮਿਲ ਕੇ ਆਇਆ ਆਈਜੀ ਸਾਹਿਬ ਨੇ ਸਦਾ ਕਿਹਾ ਕਿ ਭਾਈ ୱੇਟਿੰਗ ਲਿਸਟ ਨਹੀਂ ਆਉਗੀ। ਸੋ ਹੁਣ ਆਪਾਂ ਨੂੰ ਲੋੜ ਆ ਕਿ ਇਹ ਜਿਹੜਾ ਆਪਣਾ ਮੁੱਦਾ ਇਹ ਮਾਨ ਸਾਹਿਬ ਤੱਕ ਪਹੁੰਚਾਇਆ ਜਾਵੇ ਤਾਂ ਕਿ ਹੱਲੇ ਦਾ ਹੋ ਸਕੇ। ਦੋਸਤੋ ਦੇਖੋ ਜੀ ਹੁਣ ਹੱਲ ਨਾ ਹੋਏ ਤਾਂ ਫਿਰ ਕਦੇ ਵੀ ਹੱਲ ਨਹੀਂ ਹੋਣਾ ਹੈਗਾ। ਤੁਹਾਨੂੰ ਸਭ ਨੂੰ ਪਤਾ ਠੀਕ ਹੈ ਨਵੀਆਂ ਭਰਤੀਆਂ ਦੇ ਵਿੱਚ ਚਾਂਸ ਨਵੇਂ ਕੈਂਡੀਡੇਟ ਨੂੰ ਮਿਲੂਗਾ ਜਿਹੜੇ ਵਿਚਾਰੇ ਹੁਣ ਇੱਕ ਇੱਕ ਦੋ ਪੁਆਇੰਟਾਂ ਤੋਂ ਰਹੇ ਨੇ। ਅਗਲੀ ਵਾਰੀ ਫੇਰ ਕੰਪੀਟੀਸ਼ਨ ਵਧੂਗਾ ਸੋ ਉਹ ਹੋ ਸਕਦਾ ਕਿ ਫਿਰ ਉਦੋਂ ਤੱਕ ਓਵਰੇਜ ਹੋ ਜਾਣਾ ਨਾ। ਸੋ ਤੁਸੀਂ ਮੇਰਾ ਪੁਆਇੰਟ ਸਾਰੇ ਸਮਝਦੇ ਹੋ। ਤੋ ਭਰਾਵੋ ਵੱਧੋ ਵਧਾ ਰੀਟਵੀਟ ਕਰਿਓ ਤੇ ਬਾਕੀ ਜਿੰਨੇ ਚੈਨਲ ਵੀ ਤੁਸੀਂ ਹੋਰ ਦੇਖਦੇ ਹੋ ਠੀਕ ਹੈ ਉਹਨਾਂ ਤੱਕ ਵੀ ਆਪਾਂ ਪਹੁੰਚਾ ਦਿਓ ਤੇ ਜਿੰਨੇ ਵੀ ਗਰੁੱਪ ਚ ਤੁਸੀਂ ਹੈਗੇ ਹੋ ਇਹ ਸਾਰੇ ਗਰੁੱਪਾਂ ਚ ਪਾ ਦਿਓ ਇਹ ਠੀਕ ਹੈ ਲਿੰਕ ਇਹਦਾ ਤੁਸੀਂ ਇੱਥੋਂ ਕਾਪੀ ਕਰ ਲਿਓ ਇਹ ਸਾਰਿਆਂ ਤੱਕ ਪਾ ਦਿਓ ਤੇ ਆਪਣੇ ਜਿਹੜੇ ਨੇ ਇਹ ਚੈਨਲ ਆ ਟੈਲੀਗ੍ਰam ਦਾ ਇਹਨੂੰ ਜੁਆਇਨ ਕਰ ਲਓ ਤੇ ਜੇਕਰ ਦੋਸਤੋ ਤੁਹਾਡੀ ਕੋਈ ਕੁਇਰੀ ਹੈਗੀ ਇਸ ਰਿਲੇਟਡ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਸੰਪਰਕ ਕਰੋ ਇੰਸਟਾਗ੍ਰam ਆਈਡੀ ਦਾ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਚ ਮਿਲ ਜੂਗਾ ਤੁਹਾਨੂੰ ਉੱਥੇ ਤੱਕ ਤੁਸੀਂ ਸ਼ੇਅਰ ਕਰ ਦਿਓ ਤੇ ਬਾਕੀ ਮੈਂ ਮੇਰੇ ਕੋਲ ਇਹ ਪਲੇਟਫਾਰਮ ਹੈਗਾ ਜਿੱਥੇ ਮੈਂ ਤੁਹਾਡੇ ਸਾਰੇ ਦੀ ਆਵਾਜ਼ ਚੁੱਕ ਸਕਦਾ ਠੀਕ ਹੈ ਆਹ ਇੱਕ ਜਿਹੜਾ ਮੈਸੇਜ ਆ ਇਹ ਆਪਣੇ ਜਿਹੜੇ ਟੈਲੀਗ੍ਰਾਮ ਮੈਸੇਜ ਟੈਲੀਗ੍ਰਾਮ ਦੇ ਉੱਪਰ ਘੁੰਮ ਰਿਹਾ ਸੋ ਇਹਨੂੰ ਕਾਪੀ ਕਰਕੇ ਇੱਥੇ ਮੈਂ ਪੇਸਟ ਕੀਤਾ ਹੋਇਆ ਠੀਕ ਹੈ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਟਵੀਟ ਵੱਧੋ-ਵੱਧ ਕਰੋ ਦੋਸਤੋ ਠੀਕ ਹੈ ਕਹਿਣ ਦੀ ਲੋੜ ਨਹੀਂ ਹੈਗੀ ਸੋ ਬਾਕੀ ਦੋਸਤੋ ਉਮੀਦ ਆ ਕਿ ਇਹ ਜਿਹੜੀ ਆ ਪੰਜਾਬ ਸਰਕਾਰ ਤੱਕ ਪਹੁੰਚੇ ਮੁੱਦਾ ਤੇ ਇਹਦਾ ਹੱਲ ਜਿਹੜਾ ਛੇਤੀ ਹੋਵੇ ਬਾਕੀ ਜਿਹੜੇ ਸਾਰੇ ਭੈਣ ਭਰਾਵ ਨੇ ਕੀਕ ਦੋ ਦੋ ਪੁਆਇੰਟਾਂ ਤੋਂ ਰਹੇ ਨੇ ਸਭ ਨੂੰ ਜਿਹੜੀ ਆ ਨੌਕਰੀ ਮਿਲ ਸਕੇ ਸਸਰੀ ਗਾਲ ਧੰਨਵਾਦ